ਭਾਰਤ ਇੱਕ ਤਿਉਹਾਰਾਂ ਵਾਲਾ ਦੇਸ਼ ਹੈ ਅਤੇ ਇਹਨਾਂ ਤਿਉਹਾਰਾਂ ਵਿੱਚ ਦੀਵਾਲੀ ਦਾ ਤਿਉਹਾਰ ਸਭ ਤੋਂ ਮਹੱਤਵਪੂਰਨ ਅਤੇ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਤੇ ਸਭ ਤੋਂ ਜ਼ਿਆਦਾ ਮਿਠਾਈਆਂ ਦੀ ਵਿਕਰੀ ਹੁੰਦੀ ਹੈ ਅਤੇ ਇਸ ਮੌਕੇ ਮਿਠਾਈਆਂ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਵੀ ਪਾਈ ਜਾਂਦੀ ਹੈ, ਜਿਸ ਕਾਰਨ ਮੋਗਾ ਦੇ ਸੀਐਮਓ ਸੁਰਜੀਤ ਸਿੰਘ ਨੇ ਪਹਿਲ ਕਰਦੇ ਹੋਏ ਜ਼ਿਲ੍ਹੇ ਭਰ ਦੇ ਮਿਠਾਈ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਬਿਨਾਂ ਮਿਲਾਵਟ ਦੀ ਮਿਠਾਈ ਵੇਚਣ ਦੀ ਅਪੀਲ ਕੀਤੀ। ਅਸੀਂ ਉਹਨਾਂ ਨੂੰ ਜਿੰਨੇ ਵੀ ਸਾਡੇ ਕੋਲ ਸ਼ਾਪਕੀਪਰ ਜਾਂ ਮਠਿਆਈਆਂ ਬਣਾਉਣ ਵਾਲੇ ਦੁਕਾਨਦਾਰ ਆਏ ਸੀ, ਅਸੀਂ ਉਹਨਾਂ ਨੂੰ ਇਹੀ ਸਾਰਾ ਹੀ ਫੂਡ ਸੇਫਟੀ ਐਕਟ ਬਾਰੇ ਡਿਟੇਲ 'ਚ ਸਮਝਾਇਆ, ਕਿਹੜੀ ਕਿਹੜੀ ਚੀਜ਼ ਦਾ ਕਿਵੇਂ ਕਿਵੇਂ ਖਿਆਲ ਰੱਖਣਾ, ਖੋਆ ਕਿਸ ਤਰ੍ਹਾਂ ਰੱਖਣਾ, ਉਹਨੂੰ ਸੰਭਾਲਣਾ ਕਿਵੇਂ ਹੈ, ਦੁੱਧ ਦਾ ਕਿਸ ਤਰ੍ਹਾਂ ਖਿਆਲ ਰੱਖਣਾ, ਅਤੇ ਜਿਹੜੇ ਰੰਗ ਨੇ ਉਹ ਕਿਹੜੇ 8 ਰੰਗ ਜਿਹੜੇ ਨਿਰਧਾਰਿਤ ਸਰਕਾਰ ਨੇ ਕੀਤੇ ਹੋਏ ਨੇ ਉਹੀ ਪਾਣੇ ਨੇ, ਕੋਈ ਫਾਲਤੂ ਹੋਰ ਰੰਗ ਨਹੀਂ ਪਾਣੇ ਹੈਗੇ, ਅਤੇ ਜਿੰਨਾ ਵੀ ਜਿਹੜਾ ਫੂਡ ਹੈ ਉਹਨੂੰ ਸੰਭਾਲ ਕੇ ਕਲੀਨ ਤਰੀਕੇ ਨਾਲ ਰੱਖਣਾ। ਉਹਨੂੰ ਬਣਾਉਣ ਵੇਲੇ ਵੀ ਤੁਹਾਡੀਆਂ ਜਿਹੜੀਆਂ ਵਰਕਸ਼ਾਪਸ ਨੇ ਉੱਥੇ ਜਿਹੜੇ ਫੂਡ ਹੈਂਡਲਰਸ ਨੇ ਉਹਨਾਂ ਨੂੰ ਪੂਰੀ ਸਫਾਈ ਦਾ ਖਿਆਲ ਰੱਖਣਾ। ਅੱਜ ਉਹਨਾਂ ਨੂੰ ਇਹੀ ਗੱਲਾਂ ਸਾਰੀਆਂ ਸਮਝਾਈਆਂ ਗਈਆਂ, ਬੇਸਿਕਲੀ ਉਹਨਾਂ ਨੂੰ ਇਹੀ ਗੱਲ ਕਿਹਾ ਗਿਆ ਵੀ ਤੁਸੀਂ ਸਾਰੇ ਮੋਗਾ ਵਾਸੀਆਂ ਨੂੰ ਸ਼ੁੱਧ ਕਲੀਨ ਅਤੇ ਹਾਈਜੈਨਿਕ ਫੂਡ ਜਿਹੜਾ ਪ੍ਰੋਵਾਈਡ ਕਰਨਾ, ਉਹ ਫੂਡ ਜਿਹੜਾ ਤੁਸੀਂ ਆਪ ਵੀ ਖਾ ਸਕਦੇ ਹੋਵੋ ਅਤੇ ਆਪਦੇ ਬੱਚਿਆਂ ਨੂੰ ਵੀ ਖਵਾ ਸਕਦੇ ਹੋਵੋ। ਇਸ ਕਰਕੇ ਸਾਡੇ ਸਿਹਤ ਦਾ ਜਿਹੜਾ ਖਿਆਲ ਜਿਹੜਾ ਰੱਖਣਾ, ਨਹੀਂ ਤਾਂ ਜਿਹੜੀਆਂ ਜੇ ਅਨਹਾਈਜੈਨਿਕ ਫੂਡ ਅਸੀਂ ਖਵਾਵਾਂਗੇ ਉਹ ਸਾਨੂੰ ਕਈ ਤਰ੍ਹਾਂ ਦੇ ਰੋਗਾਂ ਦਾ ਮਰੀਜ਼ ਲੋਕ ਸ਼ਿਕਾਰ ਹੋ ਸਕਦੇ ਆ। ਇਸ ਕਰਕੇ ਉਹਨਾਂ ਨੂੰ ਇਹ ਵਰਕਸ਼ਾਪ ਦੇ ਅਧੀਨ ਇਹ ਸਾਰਾ ਕਿਵੇਂ ਕਿਵੇਂ ਰਾ ਮਟੀਰੀਅਲ ਕਿਹੜਾ ਕਿਹੜਾ ਯੂਜ਼ ਕਰਨਾ ਅਤੇ ਕਿਵੇਂ ਕਿਵੇਂ ਸਫਾਈ ਦਾ ਖਿਆਲ ਰੱਖਣਾ, ਇਹ ਸਾਰੇ ਇਸ ਵਰਕਸ਼ਾਪ 'ਚ ਦੱਸਿਆ ਗਿਆ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ ਏਵਨ ਹੈਲਥ ਕੇਅਰ, ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ ਏਵਨ ਮਿਊਜ਼ਿਕ, ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ ਏਵਨ ਪੰਜਾਬੀ ਟੀਵੀ, ਐਂਡ ਫੋਰ ਆਲ ਅਪਡੇਟਡ ਨਿਊਜ਼ please subscribe A1 News.